वालेकुम सलाम। आइए आइए आइए, बैठिए जनाब, बैठिए जनाब। ये हमारे नए गेस्ट भी आ गए जनाब, ये भी सुना है, इस मोहल्ले के बहुत बड़े फिके हैं, बहुत अच्छी कॉमेडी करते हैं। भाई इनका नाम क्या है? सर अनिल भट्टी। सर अनिल भट्टी के पूरा अनिल भट्टी? पूरा अनिल भट्टी। हाँ जी, तुन तनाक। अनिल साहब तुम जानते हो? जानते हैं सर। कैसे आदमी ने? सर ये इंतहाई अच्छे और इंतहाई अव्वल दर्जे के चावल ने। कोई गल नहीं, कई जानते उन्होंने हक है, उन्होंने पता मैं सच बोल रहा। हाँ जी, तुम नजर नहीं आन दिया। किराया भी नहीं, तू बम डकने। चंगा भला जाली खोते लैना पाके जैबरे बना के बेचना, तेरा तो कम नहीं बनता ये काम कर। भाई जान इधर तवज्जो दिओ, अमरीका का ईरान का पेचा पै गया है, पाकिस्तान भी बिच आ सकता है, जंग के हालात ने अगो मुस्तकबिल च की तैयारी है ताड़ी? बारे सुनाउण डे जी, बसंत बारे सुनाउण डे, पेचा पै गया। भाई जान पेचा तो पैंदा उदो बड़ा तड़ा पुठी करनी वर्गा मूँह टोनी साहब कहो जी गल कर डे, असं अगर डरे महंगाई तो इन्ना डरे हैं, जंग तो हो नहीं सकती, जंग च पैंदे ने बंब, तो इतने सब्जी हलवा कदू नहीं आना उन्होंने, वह बग चलाने। अच्छा यार मैं नवे बंद गल भी तो कर लेंगे यार, खुदा का वास्ता है नवे बंदे, पिछले साल के आए ने भी नवे ही ने, छोड़ो पर बंद अपने के बंद गल करी जाना। यार ये बड़ा सुना टिकटॉक का बड़ा हीरो है, बहुत बड़ा ही है। सर ये बहुत बड़ा हीरो है, इसकी बड़ी क्वालिटी है। क्या करता है ये? ये खोते की पूछ में से बैठता है, उसके कान में कान के अंदर से निकल जाता है। ये आम हीरो नहीं है, ये आम हीरो नहीं है। मुंडा है कोई न्यूरोबियन का टीका है? सर ये मैथ्यू बाल का टीका है, इससे हां ये इससे दर्द भी नहीं होती, पट्ठे भी ठीक रहते हैं। अच्छा। ये वो टीका है भाई जान, आगे आओ ना जरा, ਤੁਹਾਨੂੰ ਅਗਰ ਮੈਥਿਕ ਬੋਲ ਦੇ 15 ਟੀਕੇ ਇਕੱਠੇ ਲਾ ਦਈਏ ਤਾਕਤ ਦੇ, ਤੁਹਾਡੇ ਗੱਲ ਪੈ ਜਾਏਗਾ ਬੜੀ ਛੇਤੀ, ਤੁਹਾਡੇ ਗੱਲ ਪੈ ਜਾਏਗਾ ਜੀ ਮੈਂ ਤੁਹਾਨੂੰ ਲਾ ਦਿਆਂ ਮੈਥਿਕ ਬੋਲ ਦੇ 20 ਟੀਕੇ, ਟਾਈਮ ਨਾਲ ਘਰ ਪਹੁੰਚ ਜਾਵਾਂਗਾ। ਮੈਂ ਸ਼ਾਦੀ ਹੋਈ ਤੁਹਾਡੀ? ਜੀ ਜੀ, ਕਿ ਤੁਹਾਡਾ ਪ੍ਰੋਗਰਾਮ ਹੈ ਕੋਈ, ਤੁਸੀਂ ਇੰਟਰਵਿਊ ਕਰਨਾ ਹੈ ਕੋਈ ਰਿਸ਼ਤਾ ਲੱਭਣਾ ਹੈ ਜੀ? ਅੱਛਾ ਭਜਨ ਤੁਸੀਂ ਫਿਲਮਾਂ ਵੇਖਦੇ ਹੋ? ਫਿਲਮਾਂ ਵੇਖਦੇ ਹਾਂ ਮੈਂ, VCR 'ਤੇ ਵੀ ਲਿਆ ਕੇ ਵੇਖੀ ਦੀਆਂ ਸਨ, ਦੂਜੀਆਂ ਵੀ ਲਿਆ ਕੇ ਵੇਖਦੀਆਂ, ਸੀਡੀ 'ਤੇ ਵੀ ਵੇਖੀਆਂ ਸਨ। ਦੂਜੀਆਂ ਕਿਹੜੀਆਂ? ਦੂਜੀਆਂ ਫਿਲਮਾਂ ਮੌਲਾ ਜੱਟ ਹੋ ਗਈ। ਅੱਛਾ ਅੱਛਾ ਅੱਛਾ, ਉਹ ਵਾਲੀ ਹੋ ਗਈ, ਬੜੀ ਬੜੀ ਫਿਲਮ ਵੇਖੀ, ਚਟਰੀ ਸੰਭਾਲੋ ਜੱਟਾ, ਵਾਹ 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 ਵਾਹ, ਕਿਆ ਮੂਲੀ ਲੇਕਰ ਜਾਏਂਗੇ, ਵਾਹ ਵਾਹ ਵਾਹ, ਜ਼ਰਦੇ ਮੇਂ ਰਹਿਨੇ ਦੋ, ਇਹ ਕਿਹੜੀ ਫਿਲਮ ਹੈ? ਸਰ ਖਾਣ ਪੀਣ ਦੀਆਂ ਫਿਲਮਾਂ ਵੇਖੀਆਂ ਅਸੀਂ, ਖਾਣ ਪੀਣ ਵਾਲੀਆਂ ਫਿਲਮਾਂ ਵੇਖੀ ਦੀਆਂ, ਲੜਾਈ ਝਗੜੇ ਫਿਲਮਾਂ ਨਹੀਂ ਵੇਖੀ ਦੀਆਂ। ਅੱਛਾ ਅਗਰ ਤੁਹਾਨੂੰ ਕਿਸੇ ਸਿਆਸੀ ਜਮਾਤ ਨੂੰ ਟਿਕਟ ਮਿਲੇ ਤੇ ਇਲੈਕਸ਼ਨ ਲੜਨ ਦਾ ਮੌਕਾ ਮਿਲ ਜਾਵੇ, ਪਬਲਿਕ ਨਾਲ ਪਹਿਲਾ ਵਾਅਦਾ ਕੀ ਕਰੋਗੇ? ਜਿੰਨਾ ਤੁਹਾਡੇ ਮੱਲੇ 'ਚ ਪਾਣੀ ਹੈ ਮੈਂ ਸਾਰਾ ਕਢਾ ਦਿਆਂਗਾ। ਵਾਹ 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 ਵਾਹ, ਹਾਂਜੀ ਵਾਹ 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 ਵਾਹ। ਉਹ ਕਿਸ ਤਰ੍ਹਾਂ? ਉਹ ਇਸ ਤਰ੍ਹਾਂ ਕਿ ਮੈਂ ਜਿਹੜੇ ਮਦੇ ਮਰੀਜ਼ ਨੇ ਇਹਨਾਂ ਦੇ ਮੱਲੇ 'ਚ ਬਿਮਾਰ ਨੇ, ਇਹਨਾਂ ਦੇ ਗੁਰਦੇ ਕੜਾ ਕੇ ਤਾਂ ਖੀਰੇ ਫਿੱਟ ਕਰਾਵਾਂਗਾ, ਮੂੰਹ ਥਾਣੀ 'ਚ ਆਗਾ ਕਿ ਸਾਰੇ ਠੀਕ ਹੋ ਜਾਣਗੇ। ਅਟੋਨੀ ਭਾਈ 400 ਦਾ ਬੈਲੈਂਸ ਇੱਧਰ ਵੀ ਕਰਨਾ ਯਾਰ, ਸ਼ੋਅ ਮੈਂ ਬੈਠਾ ਵਾ, ਨਹੀਂ ਨਹੀਂ ਬੰਦਿਆਂ ਫੜਿਆ ਜੇ ਪੈਸਿਆਂ ਤੋਂ, ਸ਼ੋਅ ਤਾਂ ਨਹੀਂ ਬੈਠਾ, ਇਹ ਗੱਲਾਂ ਹੀ ਨਹੀਂ, ਸ਼ੋਅ ਤਾਂ ਨਹੀਂ ਬੈਠਾ ਯਾਰ, ਬੜਾ ਅਹਿਮ ਮੇਰਾ, ਮੈਂ ਸਮਝ ਸਕਦਾ ਸਰ, ਬਹੁਤ ਅਹਿਮ ਕਾਲ ਹੈ, ਬਹੁਤ ਅਹਿਮ ਕਾਲ, ਕਰੋੜਾਂ ਰੁਪਏ ਦੀ ਮੇਰੀ ਕਾਲ। ਮਾਸ਼ਾਅੱਲਾ, ਫੋਨ ਕਿੰਨੇ ਦਾ ਜੀ? ਫੋਨ ਤੇ ਮੇਰਾ ਹੈ ਕੋਈ 40 ਰੁਪਏ ਦਾ। ਅੱਛਾ ਤੁਸੀਂ ਕਦੀ ਕਿਸੇ ਫਿਲਮ 'ਚ ਕੰਮ ਕੀਤਾ? ਸਰ ਮੈਂ ਕੰਮ ਕੀਤਾ। ਕਿਸ ਤਰ੍ਹਾਂ, ਕਿਹੜੀ ਫਿਲਮ 'ਚ? ਮੌਲਾ ਜੱਟ ਵੇਖੀ ਸੀ, ਮੌਲਾ ਜੱਟ, ਨੂਰੀ ਨਾਥ ਅਲੀ, ਜਦੋਂ ਨੂਰੀ ਨਾਥ ਜੇਲੋਂ ਬਾਹਰ ਆਉਂਦਾ, ਹਾਂ, ਜਦੋਂ ਜੇਲੋਂ ਬਾਹਰ ਆਉਂਦਾ ਤਾਂ ਇੱਕ ਪਿੱਛੋਂ ਰਕਸ਼ਾ ਲੰਘਦਾ, ਲੰਘਦਾ, ਉਹਦੇ ਵਿੱਚ ਕੌਣ ਸੀ ਰਕਸ਼ੇ 'ਚ? ਕੌਣ ਸੀ? ਮੈਂ। ਭਾਈ ਜਾਨ ਚੰਗੀ ਹਾਲਾਤ ਦੁਨੀਆ ਦੇ ਗਲੋਬਲ, ਉਹ ਭੈਣ ਚੰਗੀ ਹਾਲਾਤ, ਮੇਰਾ ਕਿਹੜਾ ਚੰਗੀ ਜਹਾਜ਼ ਸੀ, ਕੋਇਲਰ ਦਾ ਮੂੰਹ ਮੈਂ ਦੱਸੀ ਜਾਵਾਂ, ਮੈਨੂੰ ਕਿਹੜਾ ਪਤਾ ਯਾਰ, ਤੁਹਾਨੂੰ ਦੁਨੀਆ ਦੇ ਹਾਲਾਤ ਦਾ ਕੋਈ ਫਿਕਰ ਨਹੀਂ? ਸਰ ਸਾਨੂੰ ਬੜੇ ਹਾਲਾਤਾਂ ਦਾ ਬੜਾ ਫਿਕਰ ਹੈ, ਸਾਨੂੰ ਲੋਕਾਂ ਦਾ ਅਹਿਸਾਸ ਹੈ, ਸਾਨੂੰ ਹਰ ਬੰਦੇ ਦਾ ਅਹਿਸਾਸ ਹੈ, ਮਗਰ ਸਾਡੀ ਹਕੂਮਤ ਨਹੀਂ ਚਾਹੁੰਦੀ ਕਿ ਅਸੀਂ ਜ਼ਿੰਦਾ ਰਹੀਏ, ਸਮਝ ਲਿਆ ਜੀ ਗੱਲ ਨੂੰ ਕਿ ਨਹੀਂ? ਠੀਕ ਹੈ, ਹਕੂਮਤ ਦਾ ਕੀ, ਕਬਰਸਤਾਨਾਂ ਦਾ ਠੇਕਾ? ਨਹੀਂ ਨਹੀਂ ਮਾਸ਼ਾਅੱਲਾ, ਤੁਸੀਂ ਉਹੀ ਗੱਲ ਕਰਨਾ ਜੈਸਾ ਮੂੰਹ ਔਰ ਵੈਸੀ ਗੱਲ, ਤੁਸੀਂ ਗੱਲ ਠੀਕ ਨਹੀਂ ਕਰਦੇ ਪਏ, ਬੜਾ ਪੜ੍ਹੇ ਲਿਖੇ ਕਬਰ ਕੱਢਣ ਵਾਲੇ ਬੰਦੇ ਹੁੰਦੇ ਨੇ, ਜੇ ਰੋਡਦੇ ਜੇ ਬੰਦੇ ਹੁੰਦੇ ਨੇ ਜਿਹੜੇ ਕਬਰਾਂ ਕੱਢਦੇ ਨੇ ਅੰਗਰੇਜ਼ਾਂ ਦੀਆਂ, ਉਹ ਪੜ੍ਹੇ ਲਿਖੇ ਬੰਦੇ ਹੁੰਦੇ ਨੇ ਜਿਹੜੇ ਅੰਗਰੇਜ਼ਾਂ ਦੀਆਂ ਕਬਰਾਂ ਕੱਢਦੇ ਨੇ। ਤੁਸੀਂ ਕਿਤੇ ਤਬੂਤ ਨਹੀਂ ਫਿੱਟ ਕਰਦੇ ਜਿਹਦੇ 'ਚ ਮੁਰਦਾ ਦਫਨਾਈ ਦਾ ਡਿਜ਼ਾਇਨ ਪਾਉਂਦੇ ਹੋ? ਮੈਂ ਬਹੁਤ ਵੱਡਾ ਦੁਨੀਆ ਦਾ ਐਂਕਰ ਹਾਂ, ਪਹਿਲੇ ਮੇਰੀ ਸਾਈਕਲ ਦੀ ਦੁਕਾਨ ਹੁੰਦੀ ਸੀ, ਮੈਂ ਚਿਮਟੇ ਸਿੱਧੇ ਕਰਨਾ। ਮਾਸ਼ਾਅੱਲਾ ਮਾਸ਼ਾਅੱਲਾ, ਤੁਹਾਡਾ ਤਾਂ ਹੀ ਤੁਹਾਡੀ ਆਵਾਜ਼ ਜਿਵੇਂ ਕੁੱਤੇ ਫੇਲ ਹੋਏ ਨੇ ਉਹੋ ਜੀ, ਸਾਈਕਲ ਦੇ ਕੁੱਤੇ ਫੇਲ ਨਹੀਂ ਹੁੰਦੇ, ਸਾਈਕਲ ਦਾ ਕੰਮ ਜੋ ਕਰਦੇ ਜਾਨ, ਦੁਨੀਆ ਨੂੰ ਬੰਬਾਰੀ ਤੋਂ ਬਚਾਓ,
ਕੋਈ ਸੁਲਾ ਕਰਵਾਉਣਾ ਬਹੁਤ ਤੁਸੀਂ ਇਹੋ ਜਿਹੇ ਬੰਦੇ ਤੁਸੀਂ ਇੱਕ ਬੰਬ ਤੁਸੀਂ ਮੂੰਹ ਨਾਲ ਚੱਬ ਲੈਣਾ ਜਿਹੜਾ ਤੁਹਾਡਾ ਮੂੰਹ ਕੈਸੀ ਗੱਲ ਕਰਦੇ ਪਏ ਯਾਰ ਤੁਸੀਂ ਇੰਨੇ ਵੱਡੇ ਤਜ਼ੀਆ ਨਿਗਾਰ ਹੋ ਮੈਂ ਤੁਹਾਡੇ ਕੋਲ ਆਵਾਮ ਤੁਹਾਨੂੰ ਦੇਖਦੀ ਪਈ ਹੈ ਤੁਹਾਡੇ ਕੋਲ ਕੁਝ ਸਰ ਆਵਾਮ ਨਾ ਵੇਖ ਇੱਕ ਅੱਖ ਨਾ ਵੇਖ ਲਵੇ ਮੈਨੂੰ ਪੂਰਾ ਨਾ ਵੇਖੇ ਯਾਰ ਕੋਈ ਕੋਈ ਆਪਣੀ ਪੜ੍ਹਾਈ ਦਾ ਫਾਇਦਾ ਨਾ ਮਾਸ਼ਰੇ ਨੂੰ ਵੀ ਦਿਓ ਤੁਸੀਂ ਮਾਸ਼ਾਅੱਲਾ ਬਹੁਤ ਪੜ੍ਹੇ ਲਿਖੇ ਬੰਦੇ ਮੈਨੂੰ ਲੱਗ ਰਹੇ ਹੋ ਪੜ੍ਹਾਈ ਦਾ ਸਰ ਇਹਨਾਂ ਨੂੰ ਕੀ ਫਾਇਦਾ ਦੇਣਾ ਇਹ ਲੋਕ ਇਹਨਾਂ ਦੀ ਜਿਹੜੀ ਸੋਚ ਹੈ ਥੋਮ ਟਮਾਟਰ ਪਿਆਜ਼ ਤੋਂ ਗਾਂ ਜਾਣ ਹੀ ਨਹੀਂ ਦੇਈ ਇਹਨਾਂ ਨੂੰ ਮੈਂ ਕੀ ਸਮਝਾਵਾਂ ਨਹੀਂ ਸਮਝਦੇ ਪਏ ਜੇ ਥੋਮ ਟਮਾਟਰ ਤੋਂ ਇਲਾਵਾ ਗਾਂ ਜਾਂਦੇ ਹੀ ਨਹੀਂ ਪਏ ਅਜੇ ਤੱਕ ਉੱਥੇ ਹੀ ਫਸੇ ਨੇ ਜਿੱਥੇ ਅੱਜ ਤੋਂ 40 ਸਾਲ ਪਹਿਲਾਂ ਫਸੇ ਜੀ ਬਿਲਕੁਲ ਨਾਜ਼ਰੀਨ ਇਨਕਾ ਕਹਿਣਾ ਹੈ ਕਿ ਇਹ ਕੌਮ ਥੋਮ ਪਿਆਜ਼ ਔਰ ਚੌਥੀ ਸਬਜ਼ੀ ਕਿਹੜੀ ਸੀ ਲਸਣ ਪਾ ਲਓ ਜਿਹੜਾ ਤੁਹਾਨੂੰ ਕਦੇ ਲੱਭਾ ਨਹੀਂ ਖਾਣ ਨੂੰ ਉਹ ਪਾ ਲਓ ਮਹਿੰਗਾ ਬੜਾ ਇਹਨਾਂ ਦਾ ਨਾਜ਼ਰੀਨ ਇਨਕਾ ਕਹਿਣਾ ਹੈ ਕਿ ਇਹ ਕੌਮ ਜੋ ਹੈ ਨਾ ਉਹ ਥੋਮ ਪਿਆਜ਼ ਔਰ ਲਸਣ ਮੈਂ ਫਸੀ ਹੋਈ ਇਸ ਸੇ ਆਗੇ ਨਹੀਂ ਜਾ ਰਹੀ ਟੋਨੀ ਇਸ ਦੁਆ ਕੇ ਸਾਥ ਕਿ ਇਹ ਕੌਮ ਪੰਜਵੀਂ ਸਬਜ਼ੀ ਮਤਲਬ ਘੀਆ ਕੱਦੂ ਇਹਦੇ 'ਤੇ ਵੀ ਜਾਵੇ ਅਤੇ ਇਸੀ ਵਿਸ਼ੇਸ਼ ਕੇ ਸਾਥ ਆਪਸੇ ਜ਼ਿਆਦਾ ਚਾਹਤੇ ਹੈ ਗੁੱਡ ਬਾਏ ਟਾਟਾ ਐਂਡ ਦਾ ਅਗਲੇ ਸ਼ੋਅ ਦੇ ਵਿੱਚ ਮੁਲਾਕਾਤ ਹੋਏਗੀ ਤੁਹਾਡੇ ਨਾਲ